ਜੇ ਤੁਸੀਂ ਅੱਜਕੱਲ ਜਿਵੇਂ I support farmers I stand with farmers no farmer no food ਦੇਖ ਰਹੇ ਹੋ ਤਾਂ ਤੁਹਾਡੇ ਮਨ ਵਿੱਚ ਚੱਲ ਰਿਹਾ ਹੈ ਕਿ ਇਹ ਕੀ ਹੋ ਰਿਹਾ ਹੈ ਖਾਸ ਕਰਕੇ ਦੁਨੀਆ ਭਰ ਦੇ ਚੈਨਲਸ ਇਸ ਬਾਰੇ ਗੱਲ ਨਹੀਂ ਕਰ ਰਹੇ ਤਾਂ ਤੁਸੀਂ ਇਹ ਵੀਡੀਓ ਦੇਖਦੇ ਰਹੋ ਤੇ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਗਰਮੀ ਦੀ ਛੁੱਟੀਆਂ ਵਿੱਚ ਭਾਰਤ ਸਰਕਾਰ ਨੇ ਤਿੰਨ ਆਰਡੀਨੈਂਸ ਚੁੱਪ-ਚਿਪੀਤੇ ਪਾਸ ਕਰਕੇ ਉਹਨਾਂ ਨੂੰ 17 ਸਤੰਬਰ 2020 ਚ ਕਾਨੂੰਨੀ ਤੌਰ ਤੇ ਲਾਗੂ ਕਰ ਦਿੱਤਾ। ਉਸੇ ਦਿਨ ਤੋਂ ਦੇਸ਼ ਪਰਦੇ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਆਵਾਜ਼ ਉਠਾਈ ਹੈ। ਜਿਸ ਦੇਸ਼ ਦੀ 140 ਕਰੋੜ ਦੀ ਆਬਾਦੀ ਹੈ ਤੇ ਜਿੱਤੇ ਲਗਭਗ 60% ਲੋਕ ਖੇਤੀਬਾੜੀ ਦਾ ਕੰਮ ਕਰਦੇ ਹਨ ਤਾਂ ਇਸ ਕਾਨੂੰਨ ਨੇ 80 ਕਰੋੜ ਲੋਕਾਂ ਤੇ ਅਸਰ ਕੀਤਾ ਹੈ। ਜਦ ਕਰੋੜਾਂ ਲੋਕ ਆਪਣੀ ਆਵਾਜ਼ ਉਠਾਉਂਦੇ ਹਨ ਤਾਂ ਮੰਨਿਆ ਇਹ ਜਾਂਦਾ ਹੈ ਕਿ ਸਰਕਾਰਾਂ ਉਹਨਾਂ ਨੂੰ ਸੁਣਨਗੀਆਂ ਪਰ ਹਲੇ ਤੱਕ ਇਸ ਦੀ ਕੋਈ ਸੁਣਵਾਈ ਨਹੀਂ ਹੋਈ ਕਿਸਾਨਾਂ ਨੇ ਸਤੰਬਰ ਤੋਂ ਨਵੰਬਰ ਤੱਕ ਆਪਣੇ ਪਿੰਡਾਂ ਵਿੱਚ ਤੇ ਆਪਣੇ ਸ਼ਹਿਰਾਂ ਵਿੱਚ ਰੈਲੀਆਂ ਕੱਢੀਆਂ ਪਰ ਜਦੋਂ ਸਰਕਾਰ ਨੇ ਤੇ ਮੀਡੀਆ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੇ ਦਿੱਲੀ ਵੱਲ ਨੂੰ ਰੁਖ ਕੀਤਾ ਰਸਤੇ ਵਿੱਚ ਪੁਲਿਸ ਨੇ ਉਹਨਾਂ ਉੱਤੇ ਅंसू ਦੇ ਗੋਲੇ लाठी चार्ज ਤੇ ਪਾਣੀ ਵਰਸਾ ਕੇ ਉਹਨਾਂ ਤੇ ਤਸ਼ੱਦਦ ਕੀਤਾ। ਸਰਕਾਰ ਦਾ ਮੰਨਣਾ ਹੈ ਕਿ ਇਹ ਕਿਸਾਨਾਂ ਦੀ ਆਮਦਨੀ ਵਧਾ ਦੇਣਗੇ ਤੇ ਵਿਚੋਲਿਆਂ ਨੂੰ ਵੀ ਵਿਚੋਂ ਕੱਢ ਦੇਣਗੇ। ਧਿਆਨ ਦੀ ਗੱਲ ਹੈ ਕਿ ਇਹ ਇਨ੍ਹਾਂ ਕਾਨੂੰਨਾਂ ਨੂੰ ਲਿਖਣ ਵੇਲੇ ਕਿਸੇ ਕਿਸਾਨੀ ਸੰਗਠਨ ਨਾਲ ਕੋਈ ਸਲਾਹ مشورہ ਨਹੀਂ ਕੀਤਾ ਗਿਆ। ਪਹਿਲਾ ਬਿੱਲ ਹੈ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਟ੍ਰੇਡ ਐਂਡ ਫੈਸਿਲੀਟੇਸ਼ਨ ਬਿੱਲ ਇਸ ਬਿੱਲ ਵਿੱਚ ਕਿਸਾਨ ਤੇ ਵਪਾਰੀ ਦੇ ਵਿੱਚ ਕੰਟਰੈਕਟ ਬਣਾਇਆ ਜਾਂਦਾ ਹੈ ਜਿੱਥੇ ਵਪਾਰੀ ਬੀਜ ਖਾਦ ਤੇ ਖੇਤੀ ਦੇ ਨਿਯਮ ਕਿਸਾਨਾਂ ਨੂੰ ਦਿੰਦੇ ਹਨ ਤੇ ਇਸੇ ਨਾਲ ਫਸਲ ਦੇ ਕੁਆਲਿਟੀ ਤੇ ਸਮਾਂ ਵੀ ਤੈਅ ਕਰਦੇ ਹਨ ਇਸ ਬਿੱਲ ਵਿੱਚ ਵਪਾਰੀ ਕਿਸਾਨ ਨੂੰ ਕਰਜ਼ ਦੇਣ ਲਈ ਉਸ ਦੀ ਜ਼ਮੀਨ ਗਿਰਵੀ ਵੀ ਰੱਖ ਸਕਦੇ ਹਨ ਇਸ ਬਿੱਲ ਵਿੱਚ ਵਪਾਰੀ ਨੂੰ ਵਿਚੋਲਾ ਲਿਆਉਣ ਦਾ ਵੀ ਹੱਕ ਦਿੱਤਾ ਹੈ ਇਸ ਦਾ ਸਾਫ਼ ਮਤਲਬ ਹੈ ਕਿ ਵਿਚੋਲਿਆਂ ਨੂੰ ਖਤਮ ਕਰਨ ਦਾ ਕੋਈ ਪਲਾਨ ਨਹੀਂ ਸੀ ਫਸਲ ਖਰੀਦਣ ਤੇ ਵਪਾਰੀ 2 ਤਿਹਾਈ ਕੀਮਤ ਦਿੰਦੇ ਹਨ ਤੇ 1 ਤਿਹਾਈ ਕੀਮਤ ਦੇਣ ਲਈ 30 ਦਿਨ ਹੋਰ ਦਿੱਤੇ ਜਾਂਦੇ ਹਨ ਇਸ ਵਿਚਕਾਰ ਜੇ ਕੋਈ ਵਿਵਾਦ ਹੋਵੇ ਤਾਂ ਕਿਸਾਨ ਕੋਟ ਜਾਂ ਕਚੈਰੀ ਨਹੀਂ ਜਾ ਸਕਦੇ ਉਹਨਾਂ ਨੂੰ ਸਬ ਡਿਵੀਜ਼ਨਲ ਮੈਜਿਸਟਰੇਟ ਜਾਣਾ ਪੈਂਦਾ ਹੈ ਜੇ ਭਾਰਤ ਦੇ ਮੈਜਿਸਟਰੇਟ ਲੈਵਲ ਦੇਖੀਏ ਜਾਵੇ ਤਾਂ ਉੱਥੇ ਬਹੁਤ ਬੇਈਮਾਨੀ ਤੇ ਰਿਸ਼ਵਤਖੋਰੀ ਚੱਲਦੀ ਹੈ ਕਿਸਾਨ ਦੇ ਹਿਸਾਬ ਨਾਲ ਇੱਥੇ ਵਿਚੋਲਾ ਕੱਢਣ ਦੀ ਜਗ੍ਹਾ ਹੋਰ ਬਣਾਏ ਜਾ ਰਹੇ ਹਨ ਇੰਨੇ ਛੋਟੇ ਕਿਸਾਨਾਂ ਦੀ ਕੀ ਹਿੰਮਤ ਕਿ ਉਹ ਵੱਡੀ ਕੰਪਨੀਆਂ ਨਾਲ ਲੜਨ ਲਈ ਮੈਜਿਸਟ੍ਰੇਟ ਨੂੰ ਪੈਸੇ ਦੇ ਕੇ ਆਪਣੀ ਗੱਲ ਆਸਾਨੀ ਨਾਲ ਮਨਵਾ ਸਕਣ ਦੂਜੀ ਗੱਲ ਇਹ ਹੈ ਕਿ ਕਿਸਾਨਾਂ ਦਾ ਕੁਦਰਤ ਯਾਨੀ بارش ਹਾੜ ਜਾਂ ਸੁੱਕੇ ਤੇ ਕੋਈ ਕੰਟਰੋਲ ਨਹੀਂ ਹੈ ਖੁਦਾ ਨਾ ਖਾਸਤਾ ਜੇ ਸੁੱਕਾ ਆ ਜਾਵੇ ਤਾਂ ਉਹ ਕਿਵੇਂ ਫਸਲ ਨੂੰ ਟਾਈਮ ਸਿਰ ਦੇ ਸਕਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਰੀ ਭਾਰਤ ਵਿੱਚ ਇੱਕ ਕਿਸਾਨੀ ਕੰਮ ਹੀ ਇਹੋ ਜਿਹਾ ਹੈ ਜਿੱਤੇ ਮਿਹਨਤ ਕਿਸਾਨ ਕਰਦੇ ਹਨ ਤੇ ਉਹਦੀ ਕੀਮਤ ਕੋਈ ਹੋੜ ਲਗਾਉਂਦੇ ਹਨ ਜੇ ਚਾਹ ਵਾਲਾ ਵੀ ਚਾਹ ਵੇਚਦਾ ਹੈ ਤਾਂ ਉਹ ਪਹਿਲੇ ਆਪਣੀ ਚਾਹ ਦਾ ਰੇਟ ਸੈੱਟ ਕਰਦਾ ਹੈ ਹੁਣ ਐਮਐਸਪੀ ਨੂੰ ਖਤਮ ਕਰਕੇ ਕਿਸਾਨਾਂ ਦਾ ਹੱਕ ਹੱਤਿਆਇਆ ਹੀ ਜਾ ਰਿਹਾ ਹੈ ਨਾ ਦੂਜੇ ਬਿਲ ਦਾ ਨਾਮ ਹੈ ਦ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਂਡ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਸਭ ਤੋਂ ਪਹਿਲਾਂ ਮੈਂ ਸਰਕਾਰ ਨੂੰ ਵਧਾਈ ਦੇਣਾ ਚਾਹੂੰਗੀ ਕਿ ਉਹਨਾਂ ਨੇ ਬਿੱਲ ਦੇ ਨਾਮ ਬਹੁਤ ਸੋਹਣੇ ਰੱਖੇ ਹਨ ਚਾਹੇ ਉਹਦਾ ਮਤਲਬ ਕੁਝ ਹੋਰ ਵੀ ਹੋਵੇ ਇਸ ਬਿੱਲ ਵਿੱਚ ਕਿਸਾਨਾਂ ਨੂੰ ਹੱਕ ਦਿੱਤਾ ਗਿਆ ਹੈ ਕਿ ਉਹ ਫਸਲ ਨੂੰ APMC ਦੇ ਬਾਹਰ ਯਾਨੀ ਪ੍ਰਾਈਵੇਟ ਸੈਕਟਰ ਵਿੱਚ ਵੀ ਵੇਚ ਸਕਦੇ ਹਨ ਜੋ ਕਿ ਨਵੀਂ ਗੱਲ ਨਹੀਂ ਹੈ ਪਰ ਪ੍ਰਾਈਵੇਟ ਮਾਰਕੀਟ ਵਿੱਚ ਸੇਲ ਟੈਕਸ ਮਾਫ ਕੀਤਾ ਜਾਂਦਾ ਹੈ ਪਰ APMC ਵਿੱਚ ਨਹੀਂ ਪ੍ਰਾਈਵੇਟ ਮਾਰਕੀਟ ਵਿੱਚ ਐਮਐਸਪੀਵੀ ਨਹੀਂ ਦਿੱਤੀ ਜਾਂਦੀ ਇਹ ਦੋ ਡਾਵਾ ਡੋਲ ਸਿਸਟਮ ਬਣਾ ਕੇ ਕੇਂਦਰੀ ਸਰਕਾਰ ਰਾਜ ਸਰਕਾਰ ਤੋਂ ਖੋ ਕੇ ਆਪਣੇ ਕਬਜ਼ੇ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ ਓਪਨ ਮਾਰਕੀਟ ਵਿੱਚ ਟੈਕਸ ਨਾ ਲਗਾ ਕੇ ਪ੍ਰਾਈਵੇਟ ਵਾਲੇ ਕਿਸਾਨਾਂ ਨੂੰ ਕੁਝ ਸਾਲ ਦਾ ਲਾਲਚ ਦੇ ਕੇ ਏਪੀਐਮਸੀ ਬੰਦ ਕਰਵਾ ਦੇਣਗੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਮਰਜ਼ੀ ਦਾ ਰੇਟ ਫਸਲ ਉੱਪਰ ਲੱਗੇਗਾ ਜੇ ਬਿਹਾਰ ਦਾ ਹਾਲ ਦੇਖਿਆ ਜਾਵੇ ਜਿੱਥੇ 2006 ਵਿੱਚ ਇਹੀ ਓਪਨ ਮਾਰਕੀਟ ਸਿਸਟਮ ਲਗਾਇਆ ਗਿਆ ਸੀ ਉਦੋਂ ਤੋਂ ਕਿਸੇ ਵੀ ਬਿਹਾਰ ਦੇ ਕਿਸਾਨ ਦੀ ਆਮਦਨੀ ਨਹੀਂ ਵਧੀ ਜਿੱਥੇ ਪੰਜਾਬ ਤੇ ਹਰਿਆਣਾ ਵਿੱਚ 1 ਕੁਇੰਟਲ ਦਾ 1700 ਮਿਲਦਾ ਹੈ ਉੱਤੇ ਬਿਹਾਰ ਵਿੱਚ ਸਿਰਫ 800 ਮਿਲਦਾ ਹੈ ਨਾ ਸਿਰਫ ਬਿਹਾਰ ਤਾਮਿਲਨਾਡੂ ਦਾ ਵੀ ਇਹੋ ਹਾਲ ਹੈ ਇਸ ਗੱਲ ਨੂੰ ਧਿਆਨ ਰੱਖਦੇ ਹੋਏ ਤੁਸੀਂ ਕਿੱਥੇ ਖੇਤੀ ਕਰੋਗੇ ਬਿਹਾਰ ਜਾਂ ਪੰਜਾਬ ਬਿਹਾਰ ਦੇ ਕਿਸਾਨਾਂ ਦੇ ਕੋਲ ਬਹੁਤ ਘੱਟ ਜ਼ਮੀਨ ਹੈ ਜਿਸ ਨੂੰ ਵੇਚਣ ਲਈ ਉਹ ਮਜਬੂਰ ਹੋ ਗਏ ਤੇ ਉਹਨਾਂ ਨੇ ਆਪਣਾ ਰੁੱਖ ਪੰਜਾਬ ਦੇ ਖੇਤਾਂ ਵੱਲ ਕਰ ਦਿੱਤਾ ਕਿਉਂਕਿ ਪੰਜਾਬ ਵਿੱਚ ਹਲੇ ਵੀ ਐਮਐਸਪੀ ਹੈ ਉਹਨਾਂ ਨੂੰ ਬਿਹਾਰ ਵਿੱਚ ਖੇਤੀ ਕਰਨ ਨਾਲ ਪੰਜਾਬ ਵਿੱਚ ਲੇਬਰ ਕਰਨ ਦਾ ਜ਼ਿਆਦਾ ਪੈਸੇ ਮਿਲਦੇ ਹਨ ਰੋਜ਼ਗਾਰ ਦੀ ਤਾਂ ਪਹਿਲਾਂ ਵੀ ਕਮੀ ਹੈ ਪਰ ਇਹ ਨਵੇਂ ਕਾਨੂੰਨ ਲਾਗੂ ਕਰਕੇ ਰੋਜ਼ਗਾਰ ਹੋਰ ਵੀ ਘਟ ਜਾਵੇਗਾ ਜੇ ਸੋਚਿਆ ਜਾਵੇ ਕਿ ਕਿਸਾਨ ਨੂੰ ਤਕਰੀਬਨ 100 ਕਿਲੋ ਚਾਵਲ ਦੇ 1300 ਰੁਪਏ ਮਿਲਦੇ ਹਨ ਕਿਸਾਨ ਨੂੰ 6 ਮਹੀਨੇ ਕਮਰ ਤੋੜ ਮਿਹਨਤ ਕਰਕੇ 100 ਕਿਲੋ ਤੇ ਉਸ ਤੋਂ ਵੀ ਘੱਟ ਪੈਸੇ ਮਿਲਣਗੇ ਤੇ ਸਰਕਾਰ ਉਸ ਨੂੰ ਵੀ ਲੈ ਲੈਣਾ ਚਾਹੁੰਦੀ ਹੈ ਤੀਜੇ ਬਿੱਲ ਦਾ ਨਾਮ ਹੈ essenti al commodities act ਇਸ ਬਿੱਲ ਵਿੱਚ ਸਰਕਾਰ ਅਨਾਜ ਦਾਲ ਆਲੂ ਪਿਆਜ਼ ਤੇ ਤੇਲ ਤੇ ਦੂਜੇ ਪਦਾਰਥਾਂ ਨੂੰ essential ਜਾਂ ਜ਼ਰੂਰੀ ਖੇਤੀ ਵਸਤੂਆਂ ਦੀ ਲਿਸਟ ਵਿੱਚੋਂ ਕੱਢਣਾ ਚਾਹੁੰਦੀ ਹੈ ਯਾਨੀ ਹੁਣ ਵਪਾਰੀ ਇਹਨਾਂ ਚੀਜ਼ਾਂ ਦੀ ਕੋਈ ਵੀ ਕੀਮਤ ਰੱਖ ਸਕਦੇ ਹਨ ਇਹਨਾਂ ਚੀਜ਼ਾਂ ਦੇ ਰੇਟ ਹੁਣ ਰਾਤੋਂ ਰਾਤ 100% ਤੱਕ ਵਧਾ ਸਕਦੇ ਹਨ ਇਹ ਸਿਰਫ ਦੇਸ਼ ਵਿੱਚ ਕਿਸੇ ਕਰੋਪੀ ਤਬਾਹੀ ਮਹਾਮਾਰੀ ਜਾਂ ਯੁੱਧ ਦੇ ਆਉਣ ਤੇ ਹੀ ਕੰਟਰੋਲ ਕੀਤਾ ਜਾਏਗਾ ਜਦ ਦੇਸ਼ ਵਿੱਚ ਦੁਨੀਆ ਵਿੱਚ ਕਰੋਨਾ ਵਰਗੀ ਮਹਾਮਾਰੀ ਫੈਲੀ ਹੋਈ ਹੈ ਜਿਸ ਕਾਰਨ ਕਰੋਨਾ ਲੋਕਾਂ ਦੀ ਕਮਾਈ ਬੰਦ ਹੋ ਗਈ ਹੈ ਤਾਂ ਉਸ ਵੇਲੇ ਸਰਕਾਰ ਅੰਬਾਨੀ ਤੇ ਅਡਾਨੀ ਵਰਗੇ ਅਰਬਪਤੀ ਵੱਡੇ ਵਪਾਰੀਆਂ ਨੂੰ ਅਨਾਜ ਵਰਗੀ ਬੁਨਿਆਦੀ ਜ਼ਰੂਰਤਾਂ ਦਾ ਢੇਰ ਬਣਾਉਣ ਦਾ ਹੱਕ ਦੇ ਰਹੀ ਹੈ ਰਿਲਾਇੰਸ ਦੀ Jio ਸਰਵਿਸ ਨੂੰ ਅਸੀਂ ਦੇਖ ਚੁੱਕੇ ਹਾਂ ਆਪਣੇ ਅੱਧੇ ਤੋਂ ਵੀ ਘੱਟ ਰੇਟ ਕਰਕੇ ਉਹਨਾਂ ਨੇ ਮਾਰਕੀਟ ਤੇ ਕਬਜ਼ਾ ਕਰ ਲਿਆ ਫਿਰ ਜਦੋਂ ਆਈਡੀਆ ਤੇ ਟਾਟਾ ਡਕੋਮੋ ਵਰਗੀ ਦੂਜੀ ਕੰਪਨੀਆਂ ਬੰਦ ਹੋ ਗਈਆਂ ਤਾਂ ਰਿਲਾਇੰਸ ਨੇ ਆਪਣੇ ਰੇਟ ਵਧਾ ਦਿੱਤੇ ਜੇ ਦੁਨੀਆ ਦੀ ਵੱਡੀਆਂ ਕੰਪਨੀਆਂ ਰਿਲਾਇੰਸ ਦੇ ਅੱਗੇ ਨਾ ਟਿਕ ਪਾਈਆਂ ਤਾਂ ਸਿੱਧਾ ਸਾਦਾ ਹੱਕ ਹਲਾਲ ਦੀ ਕਮਾਈ ਕਰਨ ਵਾਲਾ ਕਿਸਾਨ ਉਨ੍ਹਾਂ ਦੇ ਨਾਲ ਕਿਵੇਂ ਲੜ ਪਾਏਗਾ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਤੇ ਉਪਯੋਗਤਾ ਨੂੰ ਚੋਇਸ ਦੇਣਾ ਚਾਹੁੰਦੀ ਹੈ ਫਿਰ ਰਿਲਾਈਅੰਸ ਤੋਂ ਇਲਾਵਾ ਦੁਨੀਆ ਕੰਪਨੀਆਂ ਨੂੰ ਹੋਰ ਕਿਉਂ ਰੋਕਿਆ ਜਾ ਰਿਹਾ ਹੈ ਭਾਰਤ ਦਾ ਰਿਟੇਲ ਉਦਯੋਗ 47 ਲੱਖ ਕਰੋੜ ਦਾ ਹੈ ਤੇ ਇਸ ਦਾ ਮਾਲਕ ਕੌਣ ਹੈ ਅੰਬਾਨੀ ਦੀ ਰਿਲਾਈਅੰਸ ਸਰਕਾਰ ਦੇ ਨਵੇਂ ਕਾਨੂੰਨ ਰਿਲਾਈਐਂਸ ਵਰਗੀ ਕੰਪਨੀਆਂ ਦੇ ਪ੍ਰਭਾਵ ਵਿੱਚ ਤਾਂ ਹੋ ਰਹੇ ਹਨ ਤੇ ਇੱਥੇ ਕਿਸਾਨਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਮੈਂ ਤੁਹਾਡੇ ਤੋਂ ਪੁੱਛਦੀ ਹਾਂ ਜੇ ਇਸੇ ਤਰ੍ਹਾਂ ਸਰਕਾਰ ਆਪਣੇ ਕਾਨੂੰਨ ਬਣਾਉਂਦੀ ਰਹੀ ਤਾਂ ਭਾਰਤ ਲੋਕਤੰਤਰ ਦੀ ਜਗ੍ਹਾ ਇੱਕ ਤਾਨਾਸ਼ਾਹ ਦੇਸ਼ ਬਣਨ ਨੂੰ ਤਿਆਰ ਹੈ